अस्सलाम वालेकुम दोस्तों, क्या हाल चाल है? तबीयत सेहत ठीक है? मैं उम्मीद करना तो बिल्कुल ठीक ठाक खैरियत दे नाल हो। तो अज जिहड़े कि मुर्गियां सारियां यार इन मुर्गे दे नाल प्रैंक कीती, हम ते हिंको रंग लग गए ते हिंको ना खराब थिया वदे रंग दे विच हिंको अज ताड़ करवाउणी है। ते माशाअल्लाह कबूतर जिहड़े ने साडे अंदर बैठन था ते दोस्तों अज ना एक करना है ते जिहड़े ए दुपट्ठे ना ए मैं घिनते हां, मेरे को इकड़े दोस्त दिते हन। ਉਹ ਆਖੇ ਤੇ ਇਹ ਬਹੁਤ ਜ਼ਿਆਦਾ ਉੱਡਣੇ, ਕਬੂਤਰ ਦੇ ਬੱਚੇ ਨੇ ਤੇ ਬਹੁਤ ਜ਼ਿਆਦਾ ਉੱਡਣੇ ਤੇ, ਲੇਕਿਨ ਉੱਡਦੇ ਹਨ ਕਹਿਣਾ ਕੁੱਟ ਕੁੱਟ ਤੇ ਥੱਕ ਪਿਆ ਨੇ, ਹਿਕੜਾ ਚੱਕਰ ਵੀ ਨਹੀਂ ਲੈਂਦੇ। ਤਾਂ ਇਹਨੇ ਡੂ ਕੋ ਚਾਹਵੇ ਥਾਂ ਦੇਰੇ ਤੇ ਉੱਥਾਂ ਵਾਂ ਤੇ ਇਹਨੇ ਕੋ ਸੇਲ ਕਰਨਾ ਹੈ ਤੇ ਇਹਨੇ ਡੂ ਕੋ ਵੇਚਦੇ ਸਾਂ। ਤੇ ਮਾਸ਼ਾਅੱਲਾ ਜਿਹੜੇ ਬੇਮੇਰੇ ਕਬੂਤਰ ਨੇ ਤੇ ਇਹਨੇ ਦੇ ਵਿੱਚ ਵੀ ਕੁਝ ਇਹੋ ਜਿਹੇ ਹਨ ਜਿਹੜੇ ਨਾ ਮੈਂ ਕੋ ਅੱਜ ਖਪਾਵਣੇ। ਤੇ ਸਾਹਮਣੇ ਵਾਲਾ ਹਿਕੜਾ ਕਾਲਾ ਬੈਠੇ ਇਹ ਵੀ ਵੇਚਣਾ ਹੈ ਤੇ ਇਹ ਜਿਹੜਾ ਗਾੜਾ ਹੈ ਇਹ ਪਕੜੀਆ ਹਮ ਪਤਾ ਨਹੀਂ ਕੀਤਾ ਹੈ, ਇਹ ਜਿਹੜਾ ਟਿਕੜਾ ਬੈਠੇ ਇਹੋ ਵੀ ਦੋ ਬਾਜ਼ ਵੇਚਣਾ ਹੈ ਤੇ ਉਹ ਵੀ ਵੇਚਣਾ ਹੈ। ਤੇ ਮਾਸ਼ਾਅੱਲਾ ਜਿਹੜੇ ਥੋੜ੍ਹੇ ਜਿਹੇ ਮੇਰੇ ਕੋ ਪਸੰਦ ਕਹਿੰਦੀ ਆਮਦੇ ਪਾਣਾ ਹੋਏ ਹੋਏ ਵੇਚਣੇ। ਤੇ ਇਹ ਜਿਹੜਾ ਜੰਗਲੀ ਬੈਠੇ ਇੱਕ ਗਾੜੀ ਲਾਲ ਮਾਦੀ ਕੁਠਾਈ ਵਧੇ ਤੇ ਮਾਦੀ ਠਵੇ ਸਾ ਅਸੀਂ ਅੱਛੇ ਤੇ ਨਾਲ ਤੇ ਜੰਗਲੀ ਜਿਹੜਾ ਹਿੰਕੂ ਕੱਲ੍ਹ ਦੇਰੇ ਤੇ ਚਾਹ ਗਿਆ ਹਮ ਉੱਥੋਂ ਵੱਲ ਘਰ ਵਾਲਾ ਹੈ ਤੇ ਅੱਜ ਨਾ ਹਿੰਕੂ ਚਾਹ ਵੇ ਥਾਂ ਤੇ ਹਿੰਕੂ ਵੇਚ ਨਵਣਾ। ਤੇ ਵੀ ਇਹ ਜਿਹੜੀਆਂ ਮੇਰੀਆਂ ਮੁਰਗੀਆਂ ਵਧੀਆ ਥੋੜ੍ਹੀਆਂ ਜਿਹਾ ਇਹ ਯਾਰ ਵੱਡੀਆਂ ਥੀਆਂ ਆਪਾਂ ਤੇ ਅੰਡੇ ਮੁਰਗੀਆਂ ਵਾਲੇ ਮੇਰੇ ਇਹ ਪੈਣ ਥਾ ਯਾਰ ਮੁਰਗੀਆਂ ਅੰਡੇ ਤੇ ਬੈਠਿਆ ਨਾ ਕੁੜੋਕ ਨਾ ਥੀਆਂ ਤੇ ਵਾਲਾ ਉਹ ਜਿੱਥਾਂ ਅੰਡੇ ਲਹਿੰਦਿਆਂ ਪਿਆ ਨਾ ਆਖਣ ਉੱਥਾਂ ਦੇ ਅੰਡੇ, ਉੱਥਾਂ ਦਾ ਕਮਰੇ ਦੇ ਵਿੱਚ ਹਨ ਉੱਥਾਂ ਅੰਡੇ ਇਹਨੇ ਕੋ ਰੱਖ ਨਾ ਸਕਦਾ ਹਮ ਤਾਂ ਇਹ ਅੰਡਿਆਂ ਦੇ ਬੈਠਿਆਂ ਕਾ ਨਹੀਂ। ਤਾਂ ਇਹਨਾਂ ਦੇ ਅੰਡੇ ਇੱਥੇ ਅਗਰ ਪੈਣ ਥਾ ਤਾਂ ਇਹਨੇ ਕੋ ਦੇਖਣ ਚੇਕ ਕਰਨ ਦਾ ਵੀ ਅੰਡੇ। ਤੇ ਇਹ ਸਾਹਮਣੇ ਜਿਹੜੀ ਇਹ ਕਬੂਤਰੀ ਬੈਠੀ ਹੈ ਅੰਡੇ ਤੇ ਹੀਆਂ ਜਾਂ ਬੱਚੇ ਛੱਚੇ ਕਹਿ ਨਹੀਂ ਕੱਢੇ। ਤੇ ਮਾਸ਼ਾਅੱਲਾ ਸਾਰੇ ਜਿਹੜੇ ਮੁਰਗੀਆਂ ਸ਼ੁਰਗੀਆਂ ਨਾ ਉਹ ਠੀਕ ਲੱਗਾ ਯਾਰ ਸਾਰਿਆਂ ਦੇ ਵਜ੍ਹਾ ਦੇ ਕਰੇ ਘਰ ਦੇ ਵਿੱਚ ਇਤਲੀ ਸਿਮ ਥੀ ਗਈ ਹੈ ਨਾ ਛੜਾ ਘਰ ਦੇ ਵਿੱਚ ਸਿਲਾਬ ਨਿਕਲਿਆ ਹੀ ਵਾਸਤੇ ਜਿਹੜੀਆਂ ਮੇਰੀਆਂ ਜਿਹੜੀਆਂ ਬੱਕਰੀਆਂ ਨਾ ਹੁਣ ਕੋ ਕਬੂਤਰਿਆਂ ਨੇ ਖੁੱਡੇ ਦੇ ਅੱਗੋਂ ਖੜਾ ਦਿੱਤੀਆਂ। ਮੈਂ ਤਾਂ ਇੱਥਾਂ ਹੀ ਨੇ ਬੱਕਰੀਆਂ ਕੋ ਖੜਾ ਦਿੱਤੀਆਂ ਕਿਉਂ ਜੋ ਬੱਕਰੀਆਂ ਨਾ ਇਹ ਜਿਹੜੀ ਸਿਲਾਬ ਹੈ ਨਾ ਇਹ ਦੇਖੋ ਇਹ ਸਾਰੀ ਸਿਲਾਬ ਹੈ ਅਤੇ ਇਹ ਟੋਟਾ ਬੱਚਾ ਹੋਇਆ ਹੁਣ ਇਹਨੇ ਕੋ ਇੱਥਾਂ ਖੜਾ ਹੈ ਅਤੇ ਸਿਲਾਬ ਦੇ ਵਿੱਚ ਨਾ ਇੰਨੇ ਕੋ ਜ਼ਿਆਦਾ ਜਿਹੜਾ ਹੈ ਮੱਛਰ ਛੱਛਰ ਖਾਂਦੇ ਰਹਿ ਪੈਂਦੇ। ਤਾਂ ਮੈਂ ਕਿਹਾ ਇਹ ਜਿਹੜਾ ਨਾ ਕੁਰੀ ਜਗ੍ਹਾ 'ਤੇ ਪਾਏ ਵਜਣ ਅਤੇ ਇਹ ਜਿਹੜਾ ਹੈ ਮੇਰਾ ਮੁਰਗਾ ਹੈਲੋ ਅਤੇ ਸੰਗਤ ਦੇਖੋ ਇਹ ਨਾ ਡਰਿੱਜਦਾ ਕਹਿੰਦੀ ਮੈਂ ਕਰੂੰ ਅਤੇ ਕੁਝ ਜਿਹੜੇ ਮੁਰਗੇ ਨੇ ਉਹ ਡਰਿੱਜਦੇ ਰਹਿ ਪੈਂਦੇ ਅਤੇ ਕੁਝ ਕਹਿ ਦਿੱਤੇ ਅਤੇ ਇਹ ਮਾਸ਼ਾਅੱਲਾ ਪੁੰਡੀ ਕੁੱਕੜ ਥਾਈ ਵਧੀਆ ਮੁਰਗੀਆਂ ਜਿਹੜੀਆਂ ਨੇ ਸਾਰਿਆਂ ਹੁਣ ਕੁਰੀਸ ਦੀ ਮਾਸੋ ਮੈਂ ਤਾਂ ਕੁਰੀਸ ਕਰਨੀਆਂ ਖੜੇ ਅਤੇ ਇਹ ਸਾਹਮਣੇ ਵਾਲਾ ਮੇਰਾ ਪੱਠਾ ਇਹ ਚੈੱਕ ਕਰੋ ਕਿਵੇਂ ਇੱਕ ਨੰਬਰ ਹੈ। ਤਾਂ ਇਹੋ ਜਿਹਾ ਮਾਧਿਅਮ ਵੀ ਹਨ ਅਤੇ ਇਹਨੇ ਕੋ ਅਤੇ ਸਾਡੀ ਟਰਕੀ ਇਹ ਵਧੀ ਹੋਏ ਤਾਂ ਟਰਕਾ ਨਰ ਇਹ ਵਧੇ ਵਧੇ ਇੱਕ ਬੱਕਰੀ ਇਹ ਬੈਠੀ ਹੈ ਬੱਕਰੀਆਂ ਦੂ ਚਾਰ ਆ ਗਏ ਤਾਂ ਪਹਿਲੇ ਹਿਕੜੀ ਬੱਕਰੀ ਆਈ ਅਤੇ ਵਾਲਾ ਦੂ ਬਿਆਂ ਬੱਕਰੀਆਂ ਮੇਰੀਆਂ ਨਾ ਬੇ ਪਾਸੇ ਵਧੀਆ ਹਨ ਇੱਕੜੇ ਬੰਦੇ ਦੇ ਕੋਲ ਉਹ ਬਲਵਾ ਕੇ ਦੀਆਂ ਅਤੇ ਹੁਣ ਨਾ ਤਰਾਏ ਚਾਰ ਬੱਕਰੀਆਂ ਠੀਕ ਹਨ ਤਾਂ ਠੀਕ ਹੈ। ਅਤੇ ਇਹ ਜਿਹੜੀਆਂ ਮੁਰਗੀਆਂ ਨੇ ਇਹ ਸਾਰੀਆਂ ਮਾਸ਼ਾਅੱਲਾ ਠੀਕ ਲੱਗਿਆ ਪਤਾ ਇਹ ਇੱਕੜੀ ਗੋਲਡਿੰਗ ਰੱਖੀ ਖਾਣੋ ਯਾਰ ਜਿਹੜੇ ਵੇਲੇ ਸਿਆਲਾ ਥੀ ਸੀ ਨਾ ਸਰਦੀਆਂ ਦੇ ਵਿੱਚ ਅੰਡੇ ਦੇ ਸੀ ਤਾਂ ਅਸੀਂ ਦੇ ਅੰਡੇ ਖਾਸੂ ਅਤੇ ਮਾਸ਼ਾਅੱਲਾ ਇਹ ਜਿਹੜੀਆਂ ਸਾਰੀਆਂ ਮੁਰਗੀਆਂ ਸ਼ੁਰਗੀਆਂ ਇਹ ਠੀਕ ਲੱਗੀਆਂ ਖੜੇ ਅਤੇ ਇਹ ਜਾਲੀ ਯਾਰ ਚਾਹ ਆਮ ਤਾਂ ਜਾਲੀ ਅਜਾਂ ਤੱਕ ਪਈ ਇੱਥੇ ਕੋਈ ਇਹਦਾ ਪ੍ਰੋਗਰਾਮ ਕਹੀਂ ਲੱਗਾ ਅਸੀਂ ਦੇ ਖੜਾਵਣ ਅਤੇ ਅਸੀਂ ਦੇ ਸੈਟਅਪ ਕਰਨ ਦਾ। ਅਤੇ ਮਾਸ਼ਾਅੱਲਾ ਇਹ ਜਿਹੜਾ ਵੀ ਮੇਰਾ ਹੀਰਾ ਹੀਰਾ ਤਾਂ ਇਹ ਵਧੇ ਵੇ ਹੀਰਾ ਜਿਹੜਾ ਯਾਰ ਉਹ ਖਤਮ ਥੀ ਗਿਆ ਵਿਚਾਰਾ ਨਾ ਖੰਭ ਵਗੈਰਾ ਅਸੀਂ ਦੇ ਖੁੱਸ ਗਏ ਅਤੇ ਫਿਲਹਾਲ ਜਿਹੜਾ ਹੈ ਨਾ ਇਹਦਾ ਮਜ਼ਾ ਕਹਿਣੀ ਅਤੇ ਮੁਰਗੀਆਂ ਕੋ ਕਹਿਣੀ ਲੈਂਦਾ ਪਿਆ ਅਤੇ ਬੱਚੇ ਕਹਿਣਾ ਨਿਕਲ ਸਨ ਮੇਰੇ ਕੋ ਇਹ ਸ਼ੱਕ ਪਾਉਂਦੇ। ਅਤੇ ਮੁਰਗਾ ਨਾ ਮੇਰੇ ਕੋ ਵਿਆਹ ਇਕੜਾ ਦੋਸਤ ਕਿਨੂੰ ਦੋਸਤ ਕੋ ਆਖਿਆ ਤਾਂ ਉੱਥੋਂ ਕਿਹਾ ਮੇਰੇ ਕੋ ਮੁਰਗਾ ਇਕੜਾ ਆਣਨਾ ਹੈ ਅਤੇ ਯਾਰ ਹੁਣ ਦੇ ਨਾਲ ਰਾਬਤਾ ਸ਼ਾਬਤਾ ਕਰੇ ਤੂੰ ਅੱਜ ਦੇ ਅਗਰ ਮੁਰਗਾ ਮਿਲ ਵੈਂਦੇ ਤਾਂ ਵਾਲਾ ਉੱਥੋਂ ਵਾਲਾ ਮੁਰਗਾ ਗਹਿੰਦੇ ਆ ਸਾਂ ਅਤੇ ਕਿਉਂ ਜੋ ਇਹ ਜਿਹੜਾ ਮੁਰਗਾ ਹੈ ਨਾ ਇਹ ਹੁਣ ਬੱਚਿਆਂ ਦੇ ਕਾਬਿਲ ਕਹਿ ਨਹੀਂ ਰਿਹਾ ਵਿਚਾਰਾ ਇਹ ਜਿਹੜਾ ਨਾ ਬਿਲਕੁਲ ਹੁਣ ਮੁਰਗੀਆਂ ਸ਼ੁਰਗੀਆਂ ਕਹਿ ਨਹੀਂ ਲੈਂਦਾ ਪਿਆ ਅਤੇ ਥੋੜ੍ਹਾ ਜਿਹਾ ਕਮਜ਼ੋਰ ਥੀ ਆਵਦੇ ਤਾਂ ਅਸੀਂ ਕੋ ਦੋ ਚਾਰ ਇੰਜੈਕਸ਼ਨ ਲੱਗ ਸਨ ਤਾਂ ਇਹ ਵੀ ਠੀਕ ਥੀ ਵੈਸੇ ਅਲਾ ਕਰਤੀ ਅਗਰ ਨਾ ਥੀਆ ਤਾਂ ਵਾਲਾ ਵਿਆਹ ਮੁਰਗਾ ਜਿਹੜਾ ਨਾ ਉਹ ਆਣਨਾ ਪਾਉਂਦੀ ਸੀ।
ਤੇ ਮਾਸ਼ਾਅੱਲਾ ਇਹ ਜਿਹੜਾ ਮੇਰਾ ਮੁਰਗਾ ਹੈ ਇਹ ਤਾਂ ਵਧੀਆ ਸੀ, ਇਹ ਕੁੱਕਣੀ ਭਰਿੰਦਾ ਪਏ ਤੇ ਇਹ ਮਾਸ਼ਾਅੱਲਾ ਠੀਕ ਹੈ। ਤੇ ਯਾਰ ਇਹਦਾ ਵਿਆਹ ਮਸਲਾ ਹੈ ਕਿਉਂਕਿ ਇਹਦੀਆਂ ਜਿਹੜੀਆਂ ਜੰਘਾਂ ਨਾ ਉਹ ਪੀਲੇ ਕਲਰ ਚ ਹਨ ਤੇ ਇਹ ਮੇਰੇ ਕੋਲ ਪਸੰਦ ਘੱਟ ਆਉਂਦਾ ਪਿਆ, ਕਿਉਂਕਿ ਜੰਘਾਂ ਜਾਂ ਅੱਛਾ ਹੋਵੇ ਨਾ ਤਾਂ ਵਾਈਟ ਹੋਵੇ ਨਾ ਬਲਾਸ ਠੀਕ ਆ, ਪੀਲੀਆਂ ਜੰਘਾਂ ਦੇ ਕਰੇ ਨਾ ਮੇਰੇ ਕੋਲ ਘੱਟ ਪਸੰਦ ਆਉਂਦਾ ਪਾ। ਅਤੇ ਇਹ ਜਿਹੜੇ ਮੇਰੇ ਵਧਣ ਨਾ ਇਹ ਕਈਆਂ ਕਾਲੀਆਂ ਜੰਘਾਂ ਹੋਵਣ ਜਾਂ ਕੋਈ ਅੱਛਾ ਜੰਘਾਂ ਹੋਵੇ ਨਾ ਉਹ ਠੀਕ ਹੋਣ, ਅਤੇ ਪੀਲੀਆਂ ਜੰਘੇ ਨੇ ਨਾ ਮੇਰੇ ਕੋਲ ਘੱਟ ਬਣਦੇ ਨੇ। ਤਾਂ ਹੀ ਵਾਸਤੇ ਮੈਂ ਕਹਿੰਦਾ ਜੋ ਪੀਲੀਆਂ ਜੰਘੇ ਵਾਲਾ ਜਿਹੜਾ ਹੈ ਨਾ ਉਹ ਦੇ ਤੇ ਨਾ ਕੋਈ ਅੱਛੇ ਜੰਘੇ ਵਾਲਾ ਮੁਰਗਾ ਜਿਹੜਾ ਨਾ ਸੁੱਠਾ ਹੋਵੇ ਉਹ ਗਿਣਨਾ। ਅਤੇ ਇਹ ਮਾਦੀ ਖੜੀ ਚੈੱਕ ਕਰੋ ਸਾਰੀਆਂ ਇੱਕ ਨੰਬਰ ਮੁਰਗੀਆਂ ਨੇ ਅਤੇ ਮਾਸ਼ਾਅੱਲਾ ਬਿਹਤਰੀਨ ਹਨ ਯਾਰ ਮੁਰਗੀਆਂ ਜਿਹੜੀਆਂ ਨਾ ਜ਼ਿਆਦਾ ਥੀਆਂ ਵਧੀਆ ਅਤੇ ਕੁਝ ਖਪਾਵਣਿਆ। ਤਾਂ ਇਹ ਹੀਰਾ ਵੇ ਇਹ ਬਾਦਸ਼ਾਹ ਦਾ ਪੋਤਰੀ ਵੇ, ਚੈੱਕ ਕਰੋ ਇਹਦੀ ਲੈਵਲ ਚੈੱਕ ਕਰੋ, ਬਿਹਤਰੀਨ ਮੁਰਗਾ ਬਣਤੀ ਹਾਲੀ ਦਾ ਛੋਟਾ ਬੱਚਾ ਹੈ ਅਤੇ ਮਾਸ਼ਾਅੱਲਾ ਸਾਰੇ ਠੀਕ ਠਾਕ ਹਨ ਮੁਰਗੇ। ਅਤੇ ਮਾਸ਼ਾਅੱਲਾ ਇੰਨੇ ਕੁ ਜਿਹੜਾ ਹੈ ਨਾ ਥੋੜ੍ਹਾ ਜਿਹਾ ਕੋਈ ਮੁਰਗੀਆਂ ਸ਼ੁਰਗੀਆਂ ਦਾ ਰੇਟ ਵਧੇ ਤਾਂ ਕੁਝ ਖਪਾਵਣਿਆ, ਕਿਉਂਕਿ ਜ਼ਿਆਦਾ ਮੁਰਗਾ ਨਿਕਲਿਆ ਕੋ ਦਾਣਾ ਨਹੀਂ ਪਾਉਂਦਾ ਅਤੇ ਇਹਨਾਂ ਦੀ ਖਿਦਮਤ ਜਿਹੜੀ ਹੈ ਬਹੁਤ ਦੁਖੀ ਆਉਂਦੀ ਹੈ ਅਤੇ ਥੋੜ੍ਹਾ ਰੇਟ ਸ਼ੇਟ ਮੁਰਗੀਆਂ ਦਾ ਥੀ ਅਤੇ ਕੁਝ ਸੇਲ ਕਰ ਲੈ ਤੂੰ ਅਤੇ ਕੁਝ ਜਿਹੜੇ ਮੁਰਗੇ ਨਾ ਉਹ ਰੱਖ ਸੂ। ਅਤੇ ਮਾਸ਼ਾਅੱਲਾ ਸਾਰੇ ਮੁਰਗੇ ਬਿਹਤਰੀਨ ਖੜੇ, ਤੁਸੀਂ ਵੀ ਕਮੈਂਟ ਦੇ ਜ਼ਰੂਰ ਦੱਸੋ ਤਾਂ ਤੁਹਾਡਾ ਸ਼ੌਂਕ ਕਿਵੇਂ ਚੱਲਦਾ ਪਾਏ। ਮਾਸ਼ਾਅੱਲਾ ਸਾਡਾ ਸ਼ੌਂਕ ਤਾਂ ਬਿਲਕੁਲ ਠੀਕ ਹੈ ਹਾਲੀ।